ਪੁਲਿਸ ਤਾਵਨ ਕਰ ਰਹੀ ਹੈ। ਹਾਂਜੀ ਬਿਲਕੁਲ, ਪੁਲਿਸ ਸਾਡੇ ਨਾਲ ਪੂਰਾ ਪੂਰਾ ਤਾਵਨ ਕਰ ਰਹੀ ਹੈ, ਪੂਰਾ ਪੂਰਾ ਤਾਵਨ ਕਰ ਰਹੀ, ਸਾਡੀ ਪੂਰੀ ਪੂਰੀ ਗੱਲ ਸੁਣੀ ਜਾ ਰਹੀ। ਠੀਕ ਹੈ, ਤੁਸੀਂ ਵੀ ਬਾਈ ਹੋ? ਜੀ ਮੈਂ ਸਭ ਤੋਂ ਬੜੇ ਬਾਈ ਆਪ? ਨਹੀਂ, ਸਭ ਤੋਂ ਬੜੇ ਮੇਰੇ ਬਾਈ ਅਫਜ਼ਲ ਹੈ, ਮੈਂ ਉਸਕਾ ਤਾਏ ਕਾ ਬੇਟਾ ਹੂੰ। ਕਿਆ ਆਪ ਲੋਗੋਂ ਨੇ ਰੋਕਾ ਨਹੀਂ ਉਸੇ ਕਿ ਐਸੇ ਦੋਸਤੋਂ ਕੇ ਸਾਥ? ਜੀ ਹਮਨੇ ਕਾਫੀ ਉਸੇ ਰੋਕਾ ਥਾ, ਤੇ ਸ਼ਾਮ ਕੇ ਟਾਈਮ ਮੁਝੇ ਮਿਲਾ, ਮੁਝੇ ਕਹਿਣ ਲਗਾ ਬਾਈ ਮੈਂ ਆਪ ਉੱਚਾ ਬੋਲੇ ਤਰ੍ਹਾਂ ਸ਼ਾਮ ਕੇ ਟਾਈਮ ਕਹਿਣ ਲੱਗਾ ਕਿ ਮੈਂ ਆਪਣੇ ਦੋਸਤੋਂ ਕੇ ਸਾਥ ਜਾਣਾ ਹੈ, ਜਨਾਜ਼ ਕਰਕੇ ਜਨਾਜ਼ ਕਰਨ ਉੱਥੇ ਬੈਠਣਾ ਹੈ ਵੇ। ਅੱਛਾ, ਅਤੇ ਅਸੀਂ ਆਏ, ਚਲੋ ਠੀਕ ਹੈ, ਥੋੜ੍ਹੀ ਦੇਰ ਬਾਅਦ ਆ ਜਾਣਾ। ਕਹਿਣ ਲੱਗੇ ਠੀਕ ਹੈ, 10 ਵੱਜ ਗਏ, ਸਾਨੂੰ ਕੋਈ ਉਹਦੇ ਨਾਲ ਇਤਲਾਹ ਨਹੀਂ ਸੀ ਮਿਲੀ, ਅਸੀਂ ਉਹਨੂੰ ਢੂੰਡਣ ਲੱਗ ਪਏ। ਜਿਸ ਟਾਈਮ 11:30 ਟਾਈਮ ਹੋਇਆ 12 ਦਾ, ਮੈਂ ਅਤੇ ਇੱਕ ਉਹਦਾ ਬੇਟਾ ਅਸੀਂ ਦੋਨੋਂ ਗਏ ਹਾਂ ਸਕੂਲ ਦੀ ਗਲੀ, ਅਸੀਂ ਨਿਕਲੇ ਹਾਂ, ਥੋੜ੍ਹਾ ਅੱਗੇ ਗਏ ਹਾਂ, ਬਾਰਿਸ਼ ਹੋ ਰਹੀ ਸੀ, ਸਾਡੇ ਕੋਲ ਉਹਨਾਂ ਜੇ ਪਹੁੰਚੇ ਨਹੀਂ ਗਿਆ, ਉਂਦਰੋਂ ਨਿਕਲੇ ਨੇ, ਉਹਨਾਂ ਤਾਲਾ ਮਾਰ ਰਿਹਾ ਪਰ ਗਲੀ ਹੋ ਗਏ ਨੇ, ਅਤੇ ਅਸੀਂ ਉਹਨਾਂ ਦੇ ਤਕਰੀਬਨ ਰਸਤੇ ਉੱਤੇ ਗਏ ਜਾਂਦੇ, ਉਹਨਾਂ ਉਹ ਸਾਨੂੰ ਨਹੀਂ ਦਿੱਤੇ ਵੀ ਕਿਸ ਸਾਈਡ ਨੂੰ ਹੋ ਗਏ ਨੇ, ਅਤੇ ਲਿਹਾਜ਼ਾ ਅਸੀਂ ਵਜ਼ੀਰ ਆਜ਼ਮ ਸੇ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ਼ ਚਾਹੀਏ। ناظرین، اس حوالے سے جو خصوصاً فیملی کی طرف سے گفتگو سامنے آئی، جو ان کا موقف ہے کہ بچے کو لے جایا گیا اور وہ دوست تھے، لیکن ان کو علم نہیں تھا کہ وہ اس حد تک بھی جائیں گے، اور اس حد تک انسان کی عقل تصور نہیں کرتی کہ دوست کے ساتھ اس قسم کا سلوک کیا جائے اور اس قسم کی موت دی جائے۔ یہاں پر دیگر خواتین ہمارے ساتھ موجود ہیں، آپ یہیں پہ رہتی ہیں؟ نانی ہو تسی؟ جی۔ دسو کی کہنا چاہتے ہو؟ تسی اتھے سی؟ پتر میرے نال سنو، میں انصاف کرو میرا، میں غریبنی بگے چاٹے والی، میرے غریبنی تھی جی، ویکھو ادھر پہ، انصاف کرو میرے پتر، تے میں غریبنی جی مسکینی میری تھی۔ تسی بھی اتھے رہ؟ ہاں جی، میں پہ نا۔ ہاں جی، تسی اتھے سی موجود ہو؟ ہاں جی۔ ਕਿਵੇਂ ਪਤਾ ਲੱਗਿਆ ਜਦੋਂ ਕੌਣ ਆਇਆ? ਉਹਨਾਂ ਦਾ ਵਾਲਦ ਹੀ ਆਣ ਕੇ ਕਿਹਾ ਕਿ ਕਿਹਾ ਸੀ ਕਿ ਤੁਹਾਡੇ ਬੱਚੇ ਦੀ ਨਾ ਮੌਤ ਹੋ ਗਈ, ਆਣ ਕੇ ਚੁੱਕ ਕੇ ਲੈ ਆਈਓ ਉਹਨੂੰ, ਅਤੇ ਫਿਰ ਮੇਰਾ ਬਾਈ ਗਿਆ ਅਤੇ ਜਾ ਕੇ ਮੇਰਾ ਅੱਬੂ ਅੰਮੀ ਗਏ ਚੁੱਕ ਕੇ ਲੈ ਆਏ। ਲੇਕਿਨ ਮੈਂ ਇੱਥੇ ਹੀ ਰਹਿੰਦੀ ਹਾਂ, ਇੱਥੇ ਮੈਂ ਯਾਨੀ ਕਿ ਮੈਂ ਇੱਥੇ ਵੀ ਉਹਨਾਂ ਦੇ ਘਰ ਵਿੱਚ, ਮੇਰਾ ਹੈਗਾ ਮੇਰਾ ਮਾਂ ਪਿਓ ਵੀ ਅਤੇ ਘਰ ਨਹੀਂ ਸੀ ਹੈਗਾ ਅੱਬੂ ਅੰਮੀ, ਅਤੇ ਉਹ ਆਏ, ਉਹਨਾਂ ਨੂੰ ਫੋਨ ਕੀਤਾ ਜਾ ਕੇ ਲੈ ਆਏ ਚੁੱਕ ਕੇ। ਅਸੀਂ ਅਸੀਂ ਬੜੀ ਦਫ਼ਾ ਮਨਾ ਕਰਨੇ ਸੀ ਕਿ ਤੂੰ ਨਾ ਜਾ, ਫਿਰ ਵੀ ਲੇਕਿਨ ਦੋਸਤ ਲੈ ਆਈ ਜਾਂਦੇ ਸੀ, ਬੜਾ ਬੁਰਾ ਹਾਲ ਕਰਨਾ। ਇਸ ਵਾਸਤੇ ਕਰਦੇ ਸੀ ਕਿ ਪਤਾ ਸੀ ਕਿ ਇਹ ਬੰਦੇ ਕਿਸ ਤਰ੍ਹਾਂ ਦੇ, ਪਹਿਲੇ ਵੀ ਚਲਾ ਚੁਲਾ ਜਾਂਦਾ ਸੀ, ਅਤੇ ਫਿਰ ਬਾਅਦ 'ਚੋਂ ਅੱਬੂ ਅੰਮੀ ਘਰ ਨਹੀਂ ਸੀ, ਨਾ ਬਾਈਆਂ ਨੇ ਵੀ ਮਨਾ ਕੀਤਾ ਕਈ ਦਫ਼ਾ, ਲੈ ਆਈ ਜਾਂਦੇ ਸੀ, ਬੱਚਾ ਸੀ, ਨਹੀਂ ਸੀ ਸਮਝ ਗਈ ਉਹਨੂੰ ਇੰਨੀ, 17 ਸਾਲਾਂ ਦਾ ਮੇਰਾ ਬਾਈ ਹੈ, ਲੇਕਿਨ ਬਹੁਤ ਭਲਾ ਮਾਨ ਸੀ, ਇੰਨਾ ਹੁਸ਼ਿਆਰ ਚਲਾਕ ਵੀ ਨਹੀਂ ਸੀ ਹੈਗਾ। ਜ਼ਿਆਦਾ ਹੋਈ ਮਤਲਬ? ਬਹੁਤ ਜ਼ਿਆਦਾ ਵੀ ਹੋਈ ਹੈਗੀ ਹੈ। ਤੁਸੀਂ ਵੀ ਇੱਥੇ ਰਹਿੰਦੇ? ਹਾਂਜੀ, ਮੈਂ ਉਹਨਾਂ ਕੀ ਛੋਟੀ ਭੈਣ ਹਾਂ। ਛੋਟੀ ਭੈਣ ਹੈ? ਯਹੀਂ ਪੇ ਥੀ ਉਸ ਵਕਤ? ਨਹੀਂ, ਮੈਂ ਯਹਾਂ ਨਹੀਂ ਥੀ, ਜਬ ਮੁਝੇ ਪਤਾ ਚਲਾ ਤੋ ਮੈਂ ਤਬ ਆਈ ਥੀ, ਜਬ ਮੈਂ ਆਈ ਥੀ ਤੋ ਪੁਲਿਸ ਬਹੁਤ ਜ਼ਿਆਦਾ ਆਈ ਹੋਈ ਥੀ, ਔਰ ਮੇਰੇ ਬਾਈ ਕੋ ਲਟਾਇਆ ਗਿਆ ਥਾ ਚਾੜਪਾਈ ਪੇ, ਤੋ ਮੈਨੇ ਕਹਾ ਮੁਝੇ ਚਿਹਰਾ ਦਿਖਾਓ, ਉਹਨਾਂ ਨੇ ਮੁਝੇ ਚਿਹਰਾ ਨਹੀਂ ਦਿਖਾਇਆ, ਮੇਰਾ ਹੱਥ ਲੱਗਾ ਉਨਕੇ ਬਾਲ ਸਭ ਗੀਲੇ ਹੋਵੇ, ਤੋ ਸਾਰੀ ਰਾਤ ਬਾਰਿਸ਼ ਮੈਂ ਭੀਗਾ ਹੋਇਆ ਬਸ ਭਾਈ, ਅਸੀਂ ਤਾਂ ਕਹਿੰਦੇ ਸਾਡੇ ਗਰੀਬਾਂ ਨੂੰ ਇਨਸਾਫ਼ ਹੀ ਹੋਣਾ ਚਾਹੀਦਾ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ, ਸਾਡੇ ਤਾਂ ਸਿਰ ਇਨਸਾਫ਼ ਕਰਨ, ਪੁਲਿਸ ਬਹੁਤ ਤਾਵਨ ਕਰ ਰਹੀ ਹੈ ਹਮਾਰੇ ਕੇ ਸਾਥ, ਔਰ ਹਮਾਰੇ ਗਰੀਬ ਲੈ ਕੇ ਸਭ ਲੋਕੋਂ ਸੇ ਪੁੱਛ ਲਿਆ, ਮੇਰੇ ਭਾਈਓ ਕੀ ਤਾਰੀਫੇ ਹੋਤੀ ਹੈ, ਔਰ ਸਭ ਮੈਂ ਜਬ ਮੇਰੇ ਬਾਈ ਕਿਸੀ ਮੁਹੱਲੇ ਕੀ ਔਰਤ ਜਾਂ ਬਹੂ ਬੇਟੀ ਕਹੇ ਨਾ ਕਾਸ਼ੀ ਬਾਈ ਮੁਝੇ ਚੀਜ਼ ਲਾ ਦਿਉ, ਤਾਂ ਮੇਰਾ ਬਾਈ ਖਾਣਾ ਖਾਤੇ ਹੋਏ ਛੋੜ ਕੇ ਬਾ ਕੇ ਉਸਕਾ ਕਾਮ ਕਰਤਾ, ਤਾਂ ਮੇਰਾ ਬਾਈ ਐਸਾ ਨਹੀਂ ਤਾ, ਉਹਨਾਂ ਨੇ ਬਹੁਤ ਬੜਾ ਜ਼ੁਲਮ ਕੀਆ ਮੇਰੇ ਬਾਈ ਕੇ ਸਾਥ। ਆਪ ਵੀ ਯਹੀਂ ਪੇ ਰਹਤੀ ਹੈਂ? ਹਾਂਜੀ, ਮੈਂ ਉਸਕੀ ਬਹਿਣ ਛੋਟੀ। ਆਪ ਵੀ ਬਹਿਣ ਹੈ? ਜੀ ਹਾਂਜੀ। ਆਪ ਯਹੀਂ ਪੇ ਥੀ ਸਭ ਜਬ ਯੇ ਆਇਆ ਬਤਾਨੇ ਕੇ ਲੀਏ? ਨਹੀਂ, ਮੈਂ ਯਹਾਂ ਨਹੀਂ ਥੀ, ਮੈਂ ਆਪਣੇ ਘਰ ਮੇਂ ਥੀ ਆਈ ਥੀ ਯਹਾਂ, ਦੇਖਾ ਤੋ ਬਾਈ ਮੌਤ ਪੇ ਪੜਾ ਥਾ, ਮੈਨੇ ਇਸਕੋ ਕਹਾ ਮੇਰੇ ਬਾਈ ਕਾ ਚਿਹਰਾ ਦਿਖਾ ਦੋ, ਉਹਨਾਂ ਨੇ ਮੁਝੇ ਨਹੀਂ ਦਿਖਾਇਆ ਥੀ, ਹਮ ਕਹਤੇ ਮੇਰੇ ਬਾਈ ਕੋ ਇਨਸਾਫ਼ ਚਾਹੀਏ, ਇਨਸਾਫ਼ ਚਾਹੀਏ, ਮੇਰੇ ਬਾਈ ਬਹੁਤ ਭਲਾ ਮਾਨਸ ਥੀ। ਆਪ ਵੀ ਯਹੀਂ ਰਹਤੀ? ਮੈਂ ਵੱਡੀ ਤਾਈ ਮਾਮ। ਤੁਸੀਂ ਤਾਈ ਹੋ? ਹਾਂਜੀ। ਐਸੇ ਪਿੰਡ 'ਚ ਰਹਿੰਦੇ ਹੋ? ਆਹੋ, ਕੋਲ ਹੀ ਉੱਥੇ ਰਹਿੰਦੇ, ਸਾਨੂੰ ਪਤਾ ਲੱਗਾ ਜਿਸ ਵੇਲੇ 7:15 ਉਵੇਂ ਅਸੀਂ ਭੱਜ ਗਏ, ਮੇਰਾ ਵੱਡਾ ਬੇਟਾ ਗਿਆ, ਛੋਟਾ ਗਿਆ, ਆਹ ਮੇਰੇ ਨਾਲ ਮੇਰੀ ਚਾਚੀ ਸੀ ਉਹ ਗਈ, ਵੇਖਿਆ ਜਾ ਕੇ ਆਕੜਿਆ ਪਿਆ, ਖਰੇ ਕਿਹੜੇ ਵੇਚਦਾ ਉਹਨਾਂ ਉਹਨੂੰ ਮੁਕਾ ਦਿੱਤਾ, ਸਾਨੂੰ ਬਸ ਇਨਸਾਫ਼ ਚਾਹੀਦਾ, ਸਾਨੂੰ ਕੁਛ ਬਹੁਤ ਭਲਾ ਮਨ ਸਾਡਾ ਬੇਟਾ ਸੀ। ਤੁਸੀਂ ਕੀ ਕਹਿਣਾ ਚਾਹੋ? ਬਾਈ ਅਸੀਂ ਵੀ ਤਾਂ ਉਦੋਂ ਗਏ ਹਾਂ ਜਦੋਂ ਫੋਤ ਹੋ ਗਏ ਸਨ, ਉਦੋਂ ਜਾ ਕੇ ਵੇਖਿਆ ਉੱਥੋਂ ਦੇ ਬੰਦੇ ਜਿਹੜੇ ਹੈਗੇ ਸੀ ਨਾ, ਕਈ ਵਿੱਚ ਉਹਨਾਂ ਦੇ ਜਿਹੜੇ ਵੱਡੇ ਵੱਡੇ ਸੀ, ਅਸਾਂ ਤਾਂ ਕਦੇ ਵੇਖਿਆ ਹੀ ਨਹੀਂ ਸੀ, ਅਤੇ ਉਹ ਸਾਨੂੰ ਇਹੋ ਹੀ ਆਉਂਦੇ ਸੀ ਮੰਜੀ ਚੁੱਕੋ ਤਾਂ ਕਾਰ ਲਾਇਓ, ਮੰਜੀ ਚੁੱਕੋ ਤਾਂ ਕਾਰ ਲਾਇਓ, ਅਸੀਂ ਫਿਰ ਵੇਖ ਲਿਆ, ਲੋਕਾਂ ਨੇ ਸਾਨੂੰ ਆਖਿਆ ਨਹੀਂ ਤੁਸੀਂ ਨਹੀਂ ਮੰਜੀ ਚੁੱਕ ਕੇ ਲਿਜਾਣੀ, ਜਦੋਂ ਪੁਲਿਸ ਆਏਗੀ ਤਾਂ ਉਹ ਹੀ ਲਿਜਾਣਗੇ,
ਅਸੀਂ ਤਾਂ ਉੱਥੇ ਕਿੰਨੀ ਦੇਰ ਵੀ ਬੈਠੇ ਰਹੇ, ਸਾਨੂੰ ਇਹ ਜਿਹੜਾ ਹੁੰਦਾ ਸੀ ਉਹ ਉਹਨਾਂ ਦੇ ਮੁਹੱਲੇ ਵਾਲਾ ਉਹ ਆਉਂਦੇ ਸੀ ਤੁਸੀਂ ਬੱਚੇ ਦੀ ਮੰਜੀ ਚੁੱਕੋ ਤੇ ਘਰ ਲਾਇਓ, ਤੇ ਅਸੀਂ ਨਹੀਂ ਲੈ ਕੇ ਆਏ ਮੰਜੀ। ਜਦੋਂ ਪੁਲਿਸ ਆਈ ਫਿਰ ਉਹਨਾਂ ਨੇ ਮੰਜੀ ਲਿਆਂਦੀ ਚੁੱਕ ਕੇ, ਅਸੀਂ ਤਾਂ ਇਹਨੇ ਸਾਡੇ ਬੱਚੇ ਨਾਲ ਇਹਨਾਂ ਨੇ ਜਾਸਤੀ ਕੀਤੀ, ਇਹਨਾਂ ਨਾਲ ਵੀ ਇੰਝ ਹੀ ਹੋਵੇ ਤੇ ਫਿਰ ਸਾਡਾ ਦਿਲ ਨਹੀਂ ਇੰਝ ਖੁਸ਼, ਅਸੀਂ ਨਾ ਇਹਨਾਂ ਨੂੰ ਸੀਸਾਂ ਦੇ ਸਕਦੇ, ਸਾਡੇ ਦਿਲ ਦਿਲ ਚੋਂ ਨਹੀਂ ਸੀਸਾਂ ਨਿਕਲਦੀਆਂ, ਨਾ ਹੀ ਅਸੀਂ ਇਹਨਾਂ ਨੂੰ ਦੇਣੀਆਂ ਨੇ। ਸਾਡਾ ਇਨਸਾਫ ਕਰੇ, ਹਕੂਮਤ ਕਰੇ ਜਾਂ ਸਾਡਾ ਅੱਲਾ ਕਰੇ। ਬਈ ਸਾਡੇ ਬੱਚਾ ਫੋਤ ਹੋਇਆ, ਸਾਨੂੰ ਪਤਾ ਸਾਰੀ ਰਾਤ ਲੱਭਦੇ ਰਹੇ ਤੇ ਨਹੀਂ ਲੱਭਾ, ਦਿਨ ਚਿੱਟਾ ਚੜਿਆ, 7 ਵਜੇ ਅਜੇ 5-6 ਮਿੰਟ ਰਹਿੰਦੇ ਹਨ। ਮੁੰਡੇ ਦਾ ਬਾਪ ਆਇਆ, ਉਹਨੇ ਸਾਨੂੰ ਦੱਸਿਆ, ਮੈਂ ਬੱਚੇ ਦੀ ਦਾਦੀ ਹਾਂ, ਮੈਂ ਗਈ ਹਾਂ ਤੇ ਪੈਸਿਆਂ ਨਾਲ ਸੀ ਕਿ ਖਲਾ, ਮੈਂ ਰੋਈਆਂ ਪਿੱਟੀਆਂ ਖੱਪੀਆਂ, ਆਪਣੇ ਵਾਲ ਪੱਟੇ ਨੇ, ਆਪਣਾ ਟਿੱਡ ਪਿੱਟੀਆਂ, ਅੰਤਰਿਆ ਜੇ ਕੀਤਾ ਉਹ ਕੀ ਕੀਤਾ, ਆਹਦਾ ਰੋਣਾ ਨਹੀਂ, ਲੈ ਜਾਓ ਲੈ ਜਾਓ ਲੈ ਜਾਓ, ਮੈਂ ਨਹੀਂ ਲਿਜਾਣਾ ਨਹੀਂ ਲਿਜਾਣਾ, ਕਿਸੇ ਗੱਲ ਨਾਲ ਲੈ ਕੇ ਜਾਣਾ, ਇਹਦਾ ਕੋਈ ਸਾਈਂ ਖਸਮ ਨਹੀਂ ਸੀਗਾ, ਸਾਡਾ ਬੱਚਾ ਹੈ, ਸਾਡਾ ਬੇਟਾ ਹੈ, ਉਹਨਾਂ ਜ਼ੁਲਮ ਕੀਤਾ, ਬਹੁਤ ਕੀਤਾ ਜ਼ੁਲਮ ਉਹਨਾਂ ਨੇ, ਉਹ ਕਾਬਲ ਕਿੱਥੋਂ ਆ ਗਏ, 5-6 ਜਣੇ ਨੇ, ਸਾਨੂੰ ਕੋਈ ਉਹਨਾਂ ਨੇ ਹੱਥ ਨਹੀਂ ਲਾਉਣ ਦਿੱਤਾ, ਲਾਇਓ 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 ਟੱਕ ਲਾਇਓ, ਮੈਂ ਕਿਹਾ ਜੀ ਲੈ ਕੇ ਜਾਣਾ ਹੈਗਾ, ਬਾਅਦ ਵਿੱਚ ਪੁਲਿਸ ਵਾਲੇ ਆ ਗਏ, ਉਹਨਾਂ ਨੇ ਮਾਈ ਇਹਨੂੰ ਹੱਥ ਨਹੀਂ ਲਾਉਣਾ, ਇਹਨੂੰ ਹੱਥ ਨਹੀਂ ਲਾਉਣਾ, ਮੈਂ ਕਿਹਾ ਹੱਥ ਨਹੀਂ ਲਾਉਣਾ, ਸਾਨੂੰ ਵੇਖਣ ਨਾ ਦਿਓ, ਹਾਲੇ ਮੈਂ ਵੇਖਣ ਨਾ ਦਿਓ, ਉਹਨੇ ਨਾ ਕਿਹਾ ਵੇਖ ਲਓ ਪਿੱਛੇ ਹੋ ਕੇ ਵੇਖ ਲਓ, ਉਹ ਮੌਕੇ ਦਾ ਹੀ ਪਾਈ ਨਿਕਲ ਗਿਆ ਸਾਡੇ ਕੋਲ, ਸਾਨੂੰ ਆਪਣੀ ਬੈਗ ਉਹਨਾਂ ਪਤਾ ਹੀ ਲੱਗਾ ਕਿਹੜੇ ਪਾਸੇ ਗਾਇਬ ਹੋ ਗਿਆ ਉਹਨਾਂ ਦਾ ਬਾਪ ਉਹਨਾਂ ਦਾ, ਤੇ ਸਾਨੂੰ ਘਰਾਂ ਨੂੰ ਸਾਫ ਕਰੋ ਜਿਵੇਂ ਵੀ ਕਰ ਸਕਦੇ, ਅਸੀਂ ਬਹੁਤ ਗਰੀਬ ਬੰਦੇ ਹਾਂ, ਸਾਡਾ ਮੇਰਾ ਬੇਟਾ ਨੂੰ ਸਾਫ ਕਰ ਦਿਓ। ਤੁਸੀਂ ਵੀ ਇੱਥੇ ਰਹਿੰਦੇ? ਨਹੀਂ, ਅਸੀਂ ਮਾਨੂ ਵਾਲੇ ਰਹਿੰਦੇ। ਬੱਚੇ ਦੇ ਕੀ ਲੱਗਦੇ ਹੋ? ਬੱਚੇ ਦੇ ਅਸੀਂ ਆਪਣਾ, ਮੇਰਾ ਬੱਚਾ ਇੱਧਰ ਦਾਦੀ ਲੱਗਣੀ ਆ ਤੇ ਬੱਚਾ ਮੇਰਾ ਵਿਆਹਿਆ ਇੱਧਰ ਮੇਰੇ ਕੁੜਮ ਨੇ। ਵਾਕਏ ਦਾ ਕਿਹਨੇ ਦੱਸਿਆ ਤੁਹਾਨੂੰ? ਉਹ ਤੂੰ ਮੈਂ ਜਾ ਕੇ ਦੱਸ ਦਿੱਤਾ, ਅਸੀਂ ਗਏ ਚਲੇ। ਹੋਰ ਤਾਂ ਜਾਤੀ ਹੋਈ ਹੈ ਤੁਸੀਂ ਸਮਝਦੇ? ਹਾਂ ਜਾਤੀ ਹੋਈ, ਇਹ ਬੱਚੇ ਦਾ ਇਨਸਾਫ ਚਾਹੀਦਾ। ਗਏ ਸੀ ਅਸੀਂ ਜਾ ਕੇ ਦੇਖਿਆ ਸੀ, ਉਹਨਾਂ ਸਾਨੂੰ ਦੱਸਿਆ ਸੀ ਕਿ ਇੰਝ ਆਈ ਤੁਹਾਡੇ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ, ਬਾਈ ਦੀ। ਅਸੀਂ ਨੱਸ ਕੇ ਗਏ, ਜਾ ਕੇ ਦੇਖਿਆ ਤੇ ਹੱਥ ਪੈਰ ਇੰਝ ਹੋਏ ਪਏ ਸੀ, ਬਾਜ਼ੂ ਇੰਝ ਹੋਏ ਸੀ, ਠੰਡਾ ਸੀਤ ਹੋਇਆ ਸੀ, ਤੇ ਬਸ ਦੇਖਿਆ ਦੇਖ ਕੇ ਬਰਦਾਸ਼ਤ ਨਹੀਂ ਹੋਇਆ, ਵੇਖ ਕੇ ਬਸ ਰੋਂਦੇ ਪਿੱਟਦੇ ਰਹੇ, ਰੋ ਪਿੱਟ ਕੇ ਬਸ ਲੋਕ ਇਕੱਠੇ ਹੋ ਗਏ, ਪੁਲਿਸ ਆ ਗਈ ਦੇਖਣ ਲੱਗ ਗਿਆ, ਫਿਰ ਉਸ ਤੋਂ ਬਾਅਦ ਲੈ ਗਏ ਥਾਣੇ ਪੁਲਿਸ ਵੱਲ ਲੈ ਗਏ, ਉਸ ਤੋਂ ਬਾਅਦ ਫਿਰ ਅਸੀਂ ਆ ਗਏ ਆਪਣੇ ਘਰ ਆ ਗਏ। ਬਸ ਇਨਸਾਫ ਚਾਹੀਦਾ, ਇਨਸਾਫ ਹੋਣਾ ਚਾਹੀਦਾ, ਜੋ ਵੀ ਹੋਇਆ ਉਹਦੇ ਨਾਲ ਜ਼ਿਆਦਤੀ ਹੋਈ ਬੱਚੇ ਨਾਲ ਬਹੁਤ, ਬਸ ਦੇਖ ਨਹੀਂ ਸੀ ਪਾਉਂਦੇ ਅਸੀਂ, ਜਿਤਨੀ ਉਹਦੇ ਨਾਲ ਹੋਈ ਹੈ ਬਰਦਾਸ਼ਤ ਨਹੀਂ ਸੀ ਹੋ ਰਿਹਾ ਦੇਖ ਕੇ, ਕਿ ਜਿਤਨਾ ਉਹਨਾਂ ਨੇ ਜ਼ੁਲਮਾਂ ਨੇ ਜ਼ੁਲਮ ਕੀਤਾ ਉਹਦੇ ਬੱਚੇ ਦੇ ਨਾਲ। ਦੇਖਿਆ ਨਹੀਂ ਸੀ ਜਾ ਰਹੇ, ਇਤਨੇ ਮੋਟੇ ਮੋਟੇ ਵਾਹਣ ਵਾਲੀ ਮੰਜੀ ਸੀ, ਲਾਣੀ ਪਈ ਸੀ ਜਿਹਦੇ ਉੱਤੇ ਪਿਆ ਸੀ, ਠੰਡਾ ਸੀਤ ਹੋਇਆ ਸੀ ਬਰਫ਼ ਤੋਂ ਜ਼ਿਆਦਾ, ਅਤੇ ਬਸ ਐਸੇ ਹੱਥ ਹੋਏ ਸੀ ਉਸਕੇ, ਬਾਜ਼ੂ ਵੀ ਐਸੇ ਹੋਏ ਸੀ ਠੰਡ ਨਾਲ, ਅਤੇ ਬਸ ਇਨਸਾਫ ਚਾਹੀਦਾ ਭਾਈ ਜੋ ਵੀ ਹੈ। Thank you.
ناظرین فیملی اور محلے داروں کا کہنا ہے کہ بہت زیادتی گئی، خصوصاً دوستوں کی جانب سے جس طریقے سے صفاقانہ واردات کی گئی، اور اس کے بعد اس کی لاش کو بھی وہیں پر چھوڑ دیا گیا اور صبح آ کر بتایا گیا کہ آپ کا بچہ فلاں حویلی میں موجود ہے۔ پولیس نے ایک شخص کو گرفتار کیا ہے جس نے سارے بیانات دیے ہیں، اور دیگر کی گرفتاری کے لیے پولیس چھاپے مار رہی ہے۔ اہلیان محلہ کا اور خصوصاً فیملی ممبران کا کہنا ہے کہ انہیں انصاف چاہیے تاکہ دوبارہ اس قسم کا واقعہ پیش نہ آئے۔ جرم انجام کی پوری ٹیم کے ساتھ اپنے میزبان طارق حفیظ کو اجازت دیجیے، اللہ نگہبان۔